ਗਿੱਲ ਤਾਂ ਅਮਰਿੰਦਰ ਗਿੱਲ ਆ ਬਾਕੀ ਫਿਰ ਕਹਿੰਦੇ ਉਹ ਆਪਣਾ ਸ਼ੂਟ ਕਰਕੇ ਤੇ ਬਹਿ ਜਾਂਦੇ ਨੇ ਆਪਣੇ ਕੰਮ ਦੇ ਨਾਲ ਕੰਮ ਰੱਖਦੇ ਨੇ। ਹਾਂਜੀ ਹਾਂਜੀ ਉਹ ਬਹੁਤ ਚੁੱਪਚਾਪ ਰਹਿੰਦੇ ਨੇ ਜਦਕਿ ਮੈਂ ਕਾਫੀ ਲਾਊਡ ਆ, ਮੈਂ ਕਾਫੀ ਬੋਲਦੀ ਆ, ਹੈ ਨਾ। ਤੇ ਪਹਿਲਾਂ ਪਹਿਲਾਂ ਤਾਂ ਉਹਨਾਂ ਨੂੰ ਵੀ ਲੱਗਿਆ ਕਹਿੰਦੇ ਕੀ ਆ ਕੀ, ਹੁਣ ਵੀ ਕਦੇ ਜਦੋਂ ਮੈਨੂੰ ਬਾਹਰ ਮਿਲ ਜਾਂਦੇ ਨੇ ਹੈ ਨਾ, ਮੈਂ ਜ਼ੋਰ ਦੀ ਚੀਕਾਂ ਓਏ ਤੁਸੀਂ ਇੱਥੇ, ਉਹ ਬਿਲਕੁਲ ਅਮਰਿੰਦਰ ਗਿੱਲ ਤਾਂ ਅਮਰਿੰਦਰ ਗਿੱਲ ਆ ਬਾਕੀ ਫਿਰ। ਕਹਿੰਦੇ ਉਹ ਆਪਣਾ ਸ਼ੂਟ ਕਰਕੇ ਤੇ ਬਹਿ ਜਾਂਦੇ ਨੇ ਆਪਣੇ ਕੰਮ ਦੇ ਨਾਲ ਕੰਮ ਰੱਖਦੇ ਨੇ। ਹਾਂਜੀ ਹਾਂਜੀ ਉਹ ਬਹੁਤ ਚੁੱਪਚਾਪ ਰਹਿੰਦੇ ਨੇ ਜਦਕਿ ਮੈਂ ਕਾਫੀ ਲਾਊਡ ਆ, ਮੈਂ ਕਾਫੀ ਬੋਲਦੀ ਆ, ਹੈ ਨਾ। ਤੇ ਪਹਿਲਾਂ ਪਹਿਲਾਂ ਤਾਂ ਉਹਨਾਂ ਨੂੰ ਵੀ ਲੱਗਿਆ ਕਹਿੰਦੇ ਕੀ ਆ ਕੀ, ਹੁਣ ਵੀ ਕਦੇ ਜਦੋਂ ਮੈਨੂੰ ਬਾਹਰ ਮਿਲ ਜਾਂਦੇ ਨੇ ਹੈ ਨਾ, ਮੈਂ ਜ਼ੋਰ ਦੀ ਚੀਕਾਂ ਓਏ ਤੁਸੀਂ ਇੱਥੇ, ਉਹ ਬਿਲਕੁਲ ਅਮਰਿੰਦਰ ਗਿੱਲ ਤਾਂ ਅਮਰਿੰਦਰ ਗਿੱਲ ਆ ਬਾਕੀ ਫਿਰ। ਕਹਿੰਦੇ ਉਹ ਆਪਣਾ ਸ਼ੂਟ ਕਰਕੇ ਤੇ ਬਹਿ ਜਾਂਦੇ ਨੇ ਆਪਣੇ ਕੰਮ ਦੇ ਨਾਲ ਕੰਮ ਰੱਖਦੇ ਨੇ। ਹਾਂਜੀ ਹਾਂਜੀ ਉਹ ਬਹੁਤ ਚੁੱਪਚਾਪ ਰਹਿੰਦੇ ਨੇ ਜਦਕਿ ਮੈਂ ਕਾਫੀ ਲਾਊਡ ਆ, ਮੈਂ ਕਾਫੀ ਬੋਲਦੀ ਆ, ਹੈ ਨਾ। ਤੇ ਪਹਿਲਾਂ ਪਹਿਲਾਂ ਤਾਂ ਉਹਨਾਂ ਨੂੰ ਵੀ ਲੱਗਿਆ ਕਹਿੰਦੇ ਕੀ ਆ ਕੀ, ਹੁਣ ਵੀ ਕਦੇ ਜਦੋਂ ਮੈਨੂੰ ਬਾਹਰ ਮਿਲ ਜਾਂਦੇ ਨੇ ਹੈ ਨਾ, ਮੈਂ ਜ਼ੋਰ ਦੀ ਚੀਕਾਂ ਓਏ ਤੁਸੀਂ ਇੱਥੇ, ਉਹ ਬਿਲਕੁਲ ਅਮਰਿੰਦਰ ਗਿੱਲ ਤਾਂ ਅਮਰਿੰਦਰ ਗਿੱਲ ਆ ਬਾਕੀ ਫਿਰ। ਕਹਿੰਦੇ ਉਹ ਆਪਣਾ ਸ਼ੂਟ ਕਰਕੇ ਤੇ ਬਹਿ ਜਾਂਦੇ ਨੇ ਆਪਣੇ ਕੰਮ ਦੇ ਨਾਲ ਕੰਮ ਰੱਖਦੇ ਨੇ। ਹਾਂਜੀ ਹਾਂਜੀ ਉਹ ਬਹੁਤ ਚੁੱਪਚਾਪ ਰਹਿੰਦੇ ਨੇ ਜਦਕਿ ਮੈਂ ਕਾਫੀ ਲਾਊਡ ਆ, ਮੈਂ ਕਾਫੀ ਬੋਲਦੀ ਆ, ਹੈ ਨਾ। ਤੇ ਪਹਿਲਾਂ ਪਹਿਲਾਂ ਤਾਂ ਉਹਨਾਂ ਨੂੰ ਵੀ ਲੱਗਿਆ ਕਹਿੰਦੇ ਕੀ ਆ ਕੀ, ਹੁਣ ਵੀ ਕਦੇ ਜਦੋਂ ਮੈਨੂੰ ਬਾਹਰ ਮਿਲ ਜਾਂਦੇ ਨੇ ਹੈ ਨਾ, ਮੈਂ ਜ਼ੋਰ ਦੀ ਚੀਕਾਂ ਓਏ ਤੁਸੀਂ ਇੱਥੇ, ਉਹ ਬਿਲਕੁਲ ਅਮਰਿੰਦਰ ਗਿੱਲ ਤਾਂ ਅਮਰਿੰਦਰ ਗਿੱਲ ਆ ਬਾਕੀ ਫਿਰ। ਕਹਿੰਦੇ ਉਹ ਆਪਣਾ ਸ਼ੂਟ ਕਰਕੇ ਤੇ ਬਹਿ ਜਾਂਦੇ ਨੇ ਆਪਣੇ ਕੰਮ ਦੇ ਨਾਲ ਕੰਮ ਰੱਖਦੇ ਨੇ। ਹਾਂਜੀ ਹਾਂਜੀ ਉਹ ਬਹੁਤ ਚੁੱਪਚਾਪ ਰਹਿੰਦੇ ਨੇ ਜਦਕਿ ਮੈਂ ਕਾਫੀ ਲਾਊਡ ਆ, ਮੈਂ ਕਾਫੀ ਬੋਲਦੀ ਆ, ਹੈ ਨਾ। ਤੇ ਪਹਿਲਾਂ ਪਹਿਲਾਂ ਤਾਂ ਉਹਨਾਂ ਨੂੰ ਵੀ ਲੱਗਿਆ ਕਹਿੰਦੇ ਕੀ ਆ ਕੀ, ਹੁਣ ਵੀ ਕਦੇ ਜਦੋਂ ਮੈਨੂੰ ਬਾਹਰ ਮਿਲ ਜਾਂਦੇ ਨੇ ਹੈ ਨਾ, ਮੈਂ ਜ਼ੋਰ ਦੀ ਚੀਕਾਂ ਓਏ ਤੁਸੀਂ ਇੱਥੇ, ਉਹ ਬਿਲਕੁਲ